ਗੈਂਗਸਟਰ ਗਰੁੱਪ ਨੇ ਨੰਬਰ ਜਾਰੀ ਕਰ ਪੰਜਾਬ 'ਚ ਆਨਲਾਈਨ ਭਰਤੀ ਜਾਰੀ ਕੀਤੀ ਅੱਜ ਅਸੀਂ ਗੱਲ ਕਰਾਂਗੇ ਇਸੇ ਮੁੱਦੇ ਤੇ ਸਵਾਗਤ ਹੈ ਤੁਹਾਡਾ ਸਾਡੀ ਖਾਸ ਪ੍ਰੋਗਰਾਮ ਖਬਰਾਂ ਵਿੱਚੋਂ ਖਬਰ ਦੇ ਵਿੱਚ ਜਿਸ ਵਿੱਚ ਅਸੀਂ ਕਰਦੇ ਹਾਂ ਮੁੱਖ ਖਬਰਾਂ ਦੀ ਪੜਤਾਲ ਸੋ ਅੱਜ ਵੀ ਚਰਚਾ ਲਈ ਸਰ ਨਾਲ ਮੌਜੂਦ ਨੇ ਅਮਨਦੀਪ ਸਿੰਘ ਪਾਪੀ ਜੀ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ ਮੈਂ ਠੀਕ ਹਾਂ ਸਰ ਤੁਸੀਂ ਕਿਵੇਂ ਹੋ ਬਹੁਤ ਵਧੀਆ ਜੀ ਅੱਜ ਦੀ ਖਬਰਾਂ ਵਿੱਚੋਂ ਖਬਰ ਕੀ ਹੈ ਦੱਸ ਦਿਓ ਸਰ ਖਬਰਾਂ ਵਿੱਚੋਂ ਖਬਰ ਸੁਣੀ ਖਬਰ ਦੇ ਵਿੱਚ ਅਪਰਾਧੀ ਅਪਰਾਧੀਆਂ ਦੀ ਭਰਤੀ ਖੁੱਲੀ ਕਰਨਗੇ ਜੋ ਬਰਬਾਦੀ ਜੇਲ੍ਹਾਂ ਦੇ ਵਿੱਚ ਬੈਠ ਕੇ ਚਲਾਉਂਦੇ ਸਾਰਾ ਧੰਦਾ ਕੀ ਦੀ ਸ਼ੈ ਤੇ ਹੁੰਦਾ ਏ ਪਿੱਛੇ ਕਿਹੜਾ ਬੰਦਾ ਬਿਲਕੁਲ ਠੀਕ ਗੱਲ ਹੈ ਜੀ ਸਵਾਲ ਵਾਜਬ ਹੈ ਕਿ ਜਦੋਂ ਇਹ ਸਭ ਕੁਝ ਹੁੰਦਾ ਹੈ ਜੇਲ੍ਹਾਂ ਦੇ ਵਿੱਚ ਬੈਠੇ ਗੈਂਗਸਟਰ ਉਹਨਾਂ ਦਾ ਦਾਵਾ ਹੁੰਦਾ ਹੈ ਕਿ ਉਹ ਪੂਰੇ ਗੈਂਗਸ ਨੂੰ ਪੂਰੇ ਹਿੰਦੁਸਤਾਨ 'ਚ ਚਲਾ ਰਹੇ ਆ ਪੰਜਾਬ ਹਰਿਆਣਾ ਦਿੱਲੀ ਈਵਨ ਕੈਨੇਡਾ ਤੱਕ ਜਦੋਂ ਉਹਨਾਂ ਦੀ ਮਾਰ ਹੈਗੀ ਆ ਤਾਂ ਇਹੋ ਜੀ ਕਿਹੜੀ ਪਾਵਰ ਆ ਉਹਨਾਂ ਦੇ ਪਿੱਛੇ ਇਹੋ ਜਿਹਾ ਕਿਹੜਾ ਪਾਵਰਫੁਲ ਬੰਦਾ ਹੈ ਜਿਹੜਾ ਕਿ ਇਹ ਸਾਰਾ ਕੁਝ ਹੋਣ ਦੇ ਰਿਹਾ ਜਿਹੜਾ ਇਹ ਸਭ ਕੁਝ ਕਰਵਾ ਰਿਹਾ ਔਰ ਰਿਕਗਨਾਈਜ਼ ਕਰਨਾ ਪਊਗਾ ਕਿਉਂਕਿ ਉਹਨਾਂ ਨੂੰ ਅਲਟੀਮੇਟਲੀ ਤਾਂ ਇਹੀ ਹੁੰਦਾ ਨਾ ਕਿ ਜੇ ਗੈਂਗਸਟਰ ਹੈਗੇ ਕੋਈ ਅਪਰਾਧੀ ਹੈ ਉਹਨਾਂ ਨੂੰ ਸਜ਼ਾ ਮਿਲੂਗੀ ਸਜ਼ਾ ਮਿਲੂਗੀ ਤਾਂ ਉਹ ਜੇਲ੍ਹ 'ਚ ਜਾਣਗੇ ਜੇਲ੍ਹ 'ਚ ਉਮਰ ਕੈਦ ਹੋਊਗੀ ਆ 5 ਸਾਲ ਦੀ 10 ਸਾਲ ਦੀ 15 ਸਾਲ ਦੀ ਕੈਦ ਹੋਊਗੀ ਇਹੀ ਹੋਊਗਾ ਜਦੋਂ ਉਹ ਉਹ ਕੈਦ ਵੀ ਕੱਟ ਰਹੇ ਆ ਆਪਦੇ ਜੁਰਮਾਂ ਦੀ ਸਜ਼ਾ ਵੀ ਭੁਗਤ ਰਹੇ ਆ ਉਹਦੇ ਦੌਰਾਨ ਹੋਰ ਵੀ ਜ਼ੁਰਮ ਕਰ ਰਹੇ ਆ ਬੈਠੇ ਹੋ ਇਨਾ ਨੈਟਵਰਕ ਬਣਾ ਲਿਆ ਕਿ ਜੇਲਾ ਉਹਨਾਂ ਦੇ ਸੇਫ ਹਾਊਸ ਬਣੇ ਹੋਏ ਆ ਤੇ ਜੇ ਇਹ ਕੁਝ ਹੋ ਰਿਹਾ ਤਾਂ ਉਹਨਾਂ ਦੇ ਪਿੱਛੇ ਕੌਣ ਬੰਦਾ ਹੈ ਕਿਹੜੀ ਪਾਵਰ ਹੈ ਕਿਹੜੀ ਪੋਲੀਟੀਕਲ ਪਾਵਰ ਹੈ ਇਹ ਜਾਨਣਾ ਇਹ ਬਹੁਤ ਜ਼ਰੂਰੀ ਹੈ ਸਰ ਜਿੱਥੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਗੈਂਗਸਟਰਵਾਦ ਖਤਮ ਕਰਨ ਦੀ ਕੋਸ਼ਿਸ਼ ਕਰ ਲਈਆ ਦਾਵਾ ਕਰਦੀ ਹੈ ਕਿ ਇਹ ਜਲਦ ਖਤਮ ਹੋ ਜਾਏਗਾ ਉੱਥੇ ਹੀ ਫੇਸਬੁੱਕ ਪੋਸਟ ਰਾਹੀ ਤੇ ਇੰਸਟਾਗ੍ਰam ਪੋਸਟ ਰਾਹੀ ਰਿਕਰੂਟਮੈਂਟ ਪ੍ਰੋਸੈਸ ਜਾਰੀ ਕੀਤਾ ਗਿਆ ਦੇਖੋ ਜੀ ਜਿਹੜੇ ਰਿਕਰੂਟਮੈਂਟ ਪ੍ਰੋਸੈਸ ਦੀ ਗੱਲ ਆਪਾਂ ਕੀਤੀ ਆ ਉਹ ਦਵਿੰਦਰ ਬੰਬੀਹਾ ਗਰੁੱਪ ਦੀ ਆਈ ਗੱਲ ਤੇ ਇਹਦੇ ਨਾਲ ਹੀ ਲਾਰੈਂਸ ਔਰ ਗੋਲਡੀ ਬਰਾੜ ਦੇ ਜਿਹੜਾ ਗੈਂਗ ਹੈ ਉਹ ਵੀ ਕਹਿੰਦੇ ਕਿ ਇਸੇ ਤਰੀਕੇ ਨਾਲ ਭਰਤੀਆਂ ਕਰ ਰਿਹਾ ਉਹ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਜਿਹੜਾ ਯੂਥ ਹੈ ਜਿਹੜੇ ਨਵੇਂ ਮੁੰਡੇ ਹੈਗੇ ਆ ਜਿਨ੍ਹਾਂ ਦਾ ਗਰਮ ਖੂਨ ਹੈ ਜਿਨ੍ਹਾਂ ਦੇ ਕੋਲ ਬਹੁਤ એનર્ਜੀ ਹੈ ਜਿਨ੍ਹਾਂ ਨੂੰ ਹੋਰ ਯੂਸਫੁਲ ਥਾਵਾਂ ਤੇ ਅਸੀਂ ਉਹਨਾਂ ਨੂੰ ਰਾਹੇ ਪਾ ਸਕਦੇ ਆ ਇਹੋ ਜੇ ਤੇ ਉਹਨਾਂ ਬੱਚਿਆਂ ਨੂੰ ਗੁੰਮਰਾਹ ਕਰਨ ਦੇ ਲਈ ਇੱਕ ਹੋਰ ਤਰੀਕਾ ਇਹਨਾਂ ਨੇ ਅਪਣਾਇਆ ਕਿ ਉਹਨਾਂ ਨੂੰ ਇਲੀਗਲ ਮਨੀ ਦੇ ਨਾਲ ਡਰੱਗਸ ਦੇ ਨਾਲ ਜਾਂ ਹੋਰ ਕਿਸੇ ਤਰੀਕੇ ਨਾਲ ਉਹਨਾਂ ਨੂੰ ਆਪਦੇ ਨਾਲ ਜੋੜਨਗੇ ਤੇ ਇਹ ਤਾਂ ਪਹਿਲਾਂ ਵੀ ਕੋਸ਼ਿਸ਼ਾਂ ਚੱਲਦੀਆਂ ਆ ਰਹੀਆਂ ਸੀ ਪਰ ਹੁਣ ਤਾਂ ਹੱਦ ਹੀ ਹੋ ਗਈ ਸ਼ਰਿਆਮ ਹੋ ਗਿਆ ਸ਼ਰਿਆਮ ਹੋ ਗਿਆ ਪਹਿਲਾਂ ਇਹ ਹੁੰਦਾ ਸੀਗਾ ਕਿ ਕੋਈ ਵੀ ਗੈਂਗਸ ਹੈਗੇ ਆ ਉਹ ਇਹੋ ਜੇ ਬੱਚਿਆਂ ਨੂੰ ਟਾਰਗੇਟ ਕਰਦੇ ਸੀ ਜਿਹੜੇ ਕਿ ਸੋਸਾਇਟੀ ਤੋਂ ਥੋੜੇ ਤੰਗ ਹੋਏ ਹੋਏ ਆ ਜਿਹੜੇ ਨਿਰਾਸ਼ ਹੋਏ ਹੋਏ ਜਿਨ੍ਹਾਂ 'ਚ ਗੁੱਸਾ ਭਰਿਆ ਹੋਇਆ ਜਾਂ ਜਿਹੜੇ ਆਈਸੋਲੇਟਿਡ ਨੇ ਜਾਂ ਜਿਹੜੇ ਆਈਸੋਲੇਟਿਡ ਨੇ ਤੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਕੋਈ ਲਾਲਚ ਦੇ ਕੇ ਕੋਈ ਕਿਸੇ ਤਰੀਕੇ ਨਾਲ ਉਹਨਾਂ ਨੂੰ ਗੁੰਮਰਾਹ ਕਰਦੇ ਸੀ ਤੇ ਆਪਦੇ ਵਿੱਚ ਸ਼ਾਮਿਲ ਕਰ ਲੈਂਦੇ ਸੀ ਤੇ ਸਾਰੀਆਂ ਇਲੈਗਲ ਐਕਟੀਵਿਟੀਜ਼ ਕਰਵਾਉਂਦੇ ਸੀ ਉਹਨਾਂ ਤੋਂ ਤੇ ਉਹੀ ਚੀਜ਼ ਹੁਣ ਸ਼ਰਿਆਮ ਕਰਨਾ ਸ਼ੁਰੂ ਕਰਤਾ ਉਹਨਾਂ ਨੇ ਜਦੋਂ ਤੋਂ ਪੰਜਾਬ ਪੁਲਿਸ ਐਕਟਿਵ ਹੋਈ ਆ ਹੋਰ ਸਟੇਟਸ ਦੀ ਪੁਲਿਸ ਐਕਟਿਵ ਹੋਈ ਆ ਦਿੱਲੀ ਪੁਲਿਸ ਐਕਟਿਵ ਹੋਈ ਆ ਤੇ ਗੈਂਗਸਟਰਸ ਨੂੰ ਫੜਿਆ ਜਾ ਰਿਹਾ ਆ ਹੁਣ ਉਹ ਕਹਿੰਦੇ ਆ ਕਿ ਜੀ ਸਾਡੇ ਲੋਕ ਮਾਰੇ ਜਾ ਰਹੇ ਆ ਫੜੇ ਜਾ ਰਹੇ ਆ ਤੇ ਸਾਨੂੰ ਹੋਰ ਭਰਤੀ ਕਰਨ ਦੀ ਲੋੜ ਆ ਜਿਵੇਂ ਜੰਗ ਲੱਗੀ ਹੁੰਦੀ ਆ ਤਾਂ ਆਰਮੀ ਦੇ ਵਿੱਚ ਭਰਤੀਆਂ ਖੋਲ੍ਹਿਆਂ ਜਾਂਦੀਆਂ ਹਨਾ ਕਿ ਜੀ ਜੰਗ ਲੱਗੀ ਆ ਹੁਣ ਬਾਰਡਰ ਤੇ ਸਾਨੂੰ ਹੋਰ ਜ਼ਿਆਦਾ ਆਰਮੀ ਮੈਨ ਚਾਹੀਦੇ ਆ ਸਾਨੂੰ ਹੋਰ ਜ਼ਿਆਦਾ ਫੌਜੀ ਚਾਹੀਦੇ ਆ ਉਸੇ ਤਰੀਕੇ ਨਾਲ ਇਹਨਾਂ ਨੇ ਗੈਂਗਸਟਰਸ ਨੇ ਸ਼ੁਰੂ ਕਰਤਾ ਆਨਲਾਈਨ ਨੰਬਰ ਜਾਰੀ ਕਰ ਰਹੇ ਆ ਤੇ ਦੇਖੋ ਤੁਸੀਂ ਜੇ ਗਰੁੱਪ ਹੈਗੇ ਆ ਤਾਂ ਉਹਨਾਂ ਨੇ ਵਟਸਐਪ ਗਰੁੱਪ ਜੁਆਇਨ ਕਰਨ ਦੇ ਲਈ ਲਿੰਕ ਭੇਜੇ ਹੋਏ ਆ ਜਾਂ ਹੋਰ ਚੀਜ਼ਾਂ ਤੇ ਇਹ ਸਾਰੀਆਂ ਚੀਜ਼ਾਂ ਤਾਂ ਸਰਕਾਰ ਦੇ ਹੱਥ 'ਚ ਐ ਇਹਨਾਂ ਚੀਜ਼ਾਂ ਤੋਂ ਸਰਕਾਰ ਕਿਤੇ ਦੂਰ ਨਹੀਂ ਐ ਕੋਈ ਸਾਈਬਰ ਸੈੱਲ ਨਹੀਂ ਦੂਰ ਹੈਗੇ ਸਾਡੇ ਹੋਰ ਕੋਈ ਚੀਜ਼ਾਂ ਹੈਗੀਆਂ ਉਹ ਅਸੀਂ ਉਹਨਾਂ ਤੋਂ ਅਲੱਗ ਨਹੀਂ ਹੈਗੇ ਉਹ ਫੜੇ ਜਾ ਸਕਦੇ ਆ ਕਿੱਥੋਂ ਆਪਰੇਟ ਹੋ ਰਿਹਾ ਕੌਣ ਕਰ ਰਿਹਾ ਤੇ ਕੌਣ-ਕੌਣ ਸ਼ਾਮਿਲ ਹੈਗਾ ਇਹਦੇ ਵਿੱਚ ਉਹ ਚਾਹੇ ਦੁਨੀਆ ਭਰ 'ਚ ਕਿਸੇ ਵੀ ਕੋਨੇ 'ਚ ਹੋਵੇ ਦੁਨੀਆ ਦੇ ਪਤਾ ਲੱਗ ਸਕਦਾ ਤੇ ਉਹ ਪਤਾ ਕਿਉਂ ਨਹੀਂ ਲੱਗ ਰਿਹਾ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੋ ਰਹੀ ਤੇ ਕਿਹੜੀ ਚੀਜ਼ ਆ ਜਿਹੜੀ ਪੁਲਿਸ ਨੂੰ ਇੰਟੈਲੀਜੈਂਸ ਏਜੰਸੀਜ਼ ਨੂੰ ਰੋਕ ਰਹੀ ਆ ਉਹ ਸਾਰੀਆਂ ਚੀਜ਼ਾਂ ਤੇ ਧਿਆਨ ਦੇਣਾ ਪਊਗਾ ਤੇ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਹੁਣ ਪੰਜਾਬ ਲਈ ਖਤਰੇ ਦੀ ਘੰਟੀ ਹੈ ਹੂੰ ਪੰਜਾਬ ਲਈ ਖਤਰੇ ਦੀ ਘੰਟੀ ਹੈ ਸਿਰਫ ਪੰਜਾਬ ਲਈ ਨਹੀਂ ਆ ਪੂਰੇ ਹਿੰਦੁਸਤਾਨ ਲਈ ਹੈ ਕਿਉਂਕਿ ਹਰਿਆਣਾ ਦੇ ਲੋਕ ਸ਼ਾਮਿਲ ਨੇ ਇਹਦੇ ਵਿੱਚ ਦਿੱਲੀ ਦੇ ਲੋਕ ਸ਼ਾਮਿਲ ਨੇ ਜਿੰਨੇ ਗੈਂਗਸਟਰ ਨੇ ਉਹਦੇ ਵਿੱਚ ਪੰਜਾਬ ਦਾ ਨਾਮ ਤਾਂ ਵੱਜ ਰਿਹਾ ਹੈ ਪੰਜਾਬ ਦਾ ਨਾਮ ਤਾਂ ਪਹਿਲੇ ਨੰਬਰ ਤੇ ਆ ਰਿਹਾ ਹੈ ਕਿ ਜੀ ਪੰਜਾਬ ਦੇ ਵਿੱਚ ਗੈਂਗਸਟਰਸ ਬਹੁਤ ਹਨ ਪਰ ਉਹ ਹੈ ਕੌਣ ਕੌਣ ਜਦੋਂ ਨਾਮ ਨਿਕਲਦੇ ਆ ਸਾਰੇ ਹਰਿਆਣਾ ਦੇ ਨਿਕਲਦੇ ਆ ਰਾਜਸਥਾਨ ਦੇ ਨਿਕਲਦੇ ਆ ਦਿੱਲੀ ਦੇ ਨਿਕਲਦੇ ਆ ਯੂਪੀ ਦੇ ਨਿਕਲਦੇ ਆ ਉਹ ਸਾਰੇ ਗੈਂਗਸਟਰ ਗੈਂਗਸਟਰ ਕਿਸੇ ਇੱਕ ਸਟੇਟ ਦੇ ਨਹੀਂ ਹੈਗੇ ਉਹਨਾਂ ਨੂੰ ਕਿਸੇ ਵੀ ਸਟੇਟ ਚ ਭੇਜ ਦੋ ਉਹ ਨਾਲੇ ਉਹੀ ਕੁਝ ਕਰਨਾ ਜੀ ਤੇ ਉਹੀ ਕੁਝ ਉਹ ਕਰ ਰਹੇ ਆ ਹੁਣ ਪੰਜਾਬ ਹਰਿਆਣਾ ਰਾਜਸਥਾਨ ਦਿੱਲੀ ਯੂਪੀ ਇਹ ਸਾਰੀਆਂ ਸਟੇਟਸ ਦੇ ਵਿੱਚ ਜਿਹੜੇ ਗੈਂਗਸਟਰਸ ਹੈਗੇ ਆ ਉਹ ਆਪਦੇ ਕਿਵੇਂ ਗੈਂਗ ਚਲਾ ਰਹੇ ਆ ਜੇਲ੍ਹਾਂ ਚ ਬੈਠ ਕੇ ਕਿਵੇਂ ਆਪਰੇਟ ਕਰ ਰਹੇ ਆ ਉਹ ਸਾਰਾ ਇੱਕ ਵੱਡਾ ਸਵਾਲ ਹੈ ਔਰ ਸਾਨੂੰ ਸਭ ਨੂੰ ਚਿੰਤਾ ਕਰਨੀ ਪਊਗੀ ਇਹਦੇ ਤੇ ਇਹ ਕੋਈ ਸੈਲੀਬ੍ਰੇਸ਼ਨਸ ਦਾ ਟਾਈਮ ਨਹੀਂ ਹੈ ਇਹ ਕੋਈ ਇਹਨੂੰ ਖਬਰ ਨੂੰ ਦਿਖਾ ਕੇ ਤੇ ਬਹੁਤ ਜ਼ਿਆਦਾ ਕੋਈ ਉਪਲਬਧੀ ਵਾਲੀ ਖਬਰ ਨਹੀਂ ਹੈ ਕਿ ਲੋਕਾਂ ਨੇ ਆਨਲਾਈਨ ਭਰਤੀਆਂ ਸ਼ੁਰੂ ਕਰਤੀਆਂ ਗੈਂਗਸਟਰਸ ਦੀਆਂ ਹੁਣ ਇਹ ਸਾਨੂੰ ਟੀਆਰਪੀ ਲੈਣ ਆ ਆਪਣੀ ਵਿਊਰਸ਼ਿਪ ਵਧਾਉਣ ਦੇ ਮਾਮਲੇ 'ਚ ਵਰਤਣ ਦੀ ਥਾਂ ਤੇ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਮੀਡੀਆ ਲਈ ਵੀ ਸਾਨੂੰ ਬਹਿ ਕੇ ਸੋਚਣਾ ਪਊਗਾ ਕਿ ਅਸੀਂ ਸਮਾਜ ਨੂੰ ਕਿਹੜੇ ਪਾਸੇ ਲੈ ਆਏ ਆ ਕਿਹੜੀ ਥਾਂ ਤੇ ਲੈ ਆਏ ਆ ਕਿ ਸਾਨੂੰ ਇਹ ਕੁਝ ਦੇਖਣਾ ਪੈ ਰਿਹਾ ਹੈ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਖਤਰਾ ਕਿੰਨਾ ਵੱਧ ਰਿਹਾ ਸਰ ਜਿਵੇਂ ਤੁਸੀਂ ਕਿਹਾ ਕਿ ਇਹ ਜਿਹੜੇ ਗੈਂਗਸਟਰਸ ਨੇ ਆ ਇਦਾਂ ਦੇ ਜਿਹੜੇ ਗਰੁੱਪਸ ਨੇ ਉਹਨਾਂ ਦਾ ਟਾਰਗੇਟਡ ਏਰੀਆ ਹੁੰਦਾ ਹੈ ਟਾਰਗੇਟਡ ਏਜ ਗਰੁੱਪ ਹੁੰਦਾ ਹੈ ਜਾਂ ਕੁਝ ਹੀ ਉੱਥੇ ਹੁੰਦਾ ਜਿਹੜਾ ਇਸ ਰਿਲੇਟਿਡ ਹੈ ਜਾਂ ਜਿਨ੍ਹਾਂ 'ਚ ਬਹੁਤ ਜ਼ਿਆਦਾ ਊਰਜਾ ਹੈ ਜਾਂ ਜਿਹੜੇ ਡਾਇਰੈਕਸ਼ਨਲ ਨੇਂਸ ਜਿਸ ਹਿਸਾਬ ਨਾਲ ਇਹ ਪੋਸਟ ਪਾਉਂਦੇ ਨੇ ਸੋਸ਼ਲ ਮੀਡੀਆ ਹੈਂਡਲ ਤੇ ਪੂਰੀ ਪੀਆਰ ਹੈਗੀ ਹੈ ਇਹਨਾਂ ਦੀ ਐਸੋਸੀਏਸ਼ਨ ਤੇ ਜਿਸ ਹਿਸਾਬ ਨਾਲ ਇਹ ਆਪਦੇ ਆਪ ਨੂੰ ਐਜ਼ ਅ ਰੋਲ ਮਾਡਲ ਪ੍ਰੈਜ਼ੈਂਟ ਕਰਦੇ ਨੇ ਤੇ ਯੁੱਧ ਕਾਫੀ ਇਹਨਾਂ ਤੋਂ ਆਕਰਸ਼ਕ ਹੁੰਦਾ ਸੋ ਸੁਰੱਖਿਆ ਨੀਤੀ ਲਈ ਕਿੰਨਾ ਵੱਡਾ ਮਸਲਾ ਦੇਖੋ ਕੋਈ ਵੀ ਗੈਂਗਸਟਰ ਹੈ ਕੋਈ ਵੀ ਗੈਂਗਸਟਰ ਦੀ ਵੀ ਨਾ ਗੱਲ ਕਰੀਏ ਆਮ ਬੰਦਾ ਕੋਈ ਜਦੋਂ ਕੋਈ ਵੀ ਛੋਟਾ ਜਿਹਾ ਅਪਰਾਧ ਕਰਦਾ ਹੈ ਤਾਂ ਉਹ ਚਾਹੁੰਦਾ ਕਿ ਮੈਨੂੰ ਉਸ ਅਪਰਾਧ ਦੇ ਬਦਲੇ ਸਜ਼ਾ ਨਾ ਮਿਲੇ ਫਿਰ ਉਹ ਥੋੜਾ ਵੱਡਾ ਅਪਰਾਧ ਕਰਦਾ ਹੈ ਫਿਰ ਉਹ ਉਹ ਫੋਰਵਰਡ ਆਪਰਾਧ ਕਰਦਾ ਤੇ ਉਹ ਇਹੋ ਜਿਹੇ ਹਾਲਾਤ ਤੱਕ ਪਹੁੰਚ ਜਾਂਦਾ ਕਿ ਉਹਦੇ ਤੋਂ ਕੁਝ ਵੀ ਕਰਵਾ ਲੋ ਉਹੀ ਚੀਜ਼ ਇਹਨਾਂ ਨਾਲ ਹੁੰਦੀ ਹੈ ਪਹਿਲਾਂ ਇਹ ਲੜਦੇ ਆ ਪਹਿਲਾਂ ਇਹ ਲੜਨ ਦੀ ਗੱਲ ਕਰਦੇ ਆ ਜਦੋਂ ਉਹ ਕਹਿੰਦੇ ਆ ਕਿ ਜੀ ਅਸੀਂ ਧਰਮ ਦੇ ਨਾਮ ਤੇ ਲੜ ਰਹੇ ਆ ਜਾਂ ਅਸੀਂ ਆਪਦੀ ਕੌਮ ਵਾਸਤੇ ਆਪਦੀ ਜਾਤ ਵਾਸਤੇ ਲੜ ਰਹੇ ਆ ਜਾਂ ਇਨਸਾਫ ਵਾਸਤੇ ਲੜ ਰਹੇ ਆ ਸਟਾਰਟਿੰਗ ਇਹਨਾਂ ਦੀ ਇੱਥੇ ਹੁੰਦੀ ਆ ਜਦੋਂ ਸ਼ੁਰੂਆਤ ਇੱਥੋਂ ਹੁੰਦੀ ਆ ਫਿਰ ਉਸ ਤੋਂ ਬਾਅਦ ਇਹ ਐਕਸਟਰੈਕਸ਼ਨਸ ਕਰਨ ਲੱਗਦੇ ਆ ਕਿਉਂਕਿ ਸਰਵਾਈਵ ਤਾਂ ਕਰਨਾ ਹੀ ਆ ਜਦੋਂ ਤੁਸੀਂ ਅਪਰਾਧੀ ਹੋਗੇ ਹੁਣ ਤੁਸੀਂ ਸਿੱਧੇ ਤਰੀਕੇ ਨਾਲ ਤੁਸੀਂ ਕੁਝ ਕਮਾ ਨਹੀਂ ਸਕਦੇ ਫਿਰ ਤੁਸੀਂ ਪੈਸਾ ਕਿੱਥੋਂ ਲੈ ਕੇ ਆਓਗੇ ਐਕਸਟਰੋਸ਼ਨਸ ਕਰਦੇ ਆ ਫਿਰ ਡਰੱਗਸ ਦੇ ਵਿੱਚ ਇਨਵੋਲਵ ਹੁੰਦੇ ਆ ਸੋਸਾਇਟੀ ਨੂੰ ਜਿਹੜੀਆਂ ਚੀਜ਼ਾਂ ਖਰਾਬ ਕਰ ਰਹੀਆਂ ਉਹਨਾਂ ਦੇ ਵਿੱਚ ਇਨਵੋਲਵ ਹੁੰਦੇ ਜਾਂਦੇ ਆ ਤੇ ਇੱਕ ਟਾਈਮ ਇਹੋ ਜਿਹਾ ਵੀ ਆਉਂਦਾ ਕਿ ਇਹੋ ਜਿਹੇ ਗੈਂਗਸਟਰ ਜੀ ਜਿਹੜੇ ਟੈਰਰਿਸਟ ਆ ਉਹਨਾਂ ਦੇ ਨਾਲ ਵੀ ਆਪਦੇ ਹੱਥ ਮਿਲਾਉਂਦੇ ਆ ਉਹਨਾਂ ਤੋਂ ਹਥਿਆਰ ਲੈਂਦੇ ਆ ਉਹਨਾਂ ਦੀ ਸਹਾਇਤਾ ਕਰਦੇ ਆ ਜੋ ਕੁਝ ਪੰਜਾਬ ਦੇ ਵਿੱਚ ਪਹਿਲਾਂ ਹੋਇਆ ਜੋ ਕਸ਼ਮੀਰ ਦੇ ਵਿੱਚ ਹੁੰਦਾ ਰਿਹਾ ਹੈ ਜੋ ਹੋਰ ਨਾ ਸਟੇਟਾਂ ਦੇ ਵਿੱਚ ਹੁੰਦਾ ਰਿਹਾ ਨਾਰਥ-ਈਸਟ ਦੇ ਵਿੱਚ ਹੁੰਦਾ ਰਿਹਾ ਉਹ ਇਹੀ ਸਭ ਹੁੰਦਾ ਰਿਹਾ ਕਿਉਂਕਿ ਇੰਟਰਨਲ ਲੋਕ ਹੀ ਉਹਨਾਂ ਦੀ ਹੈਲਪ ਕਰਦੇ ਆ ਜਿਹੜੀਆਂ ਐਕਸਟਰਨਲ ਫੋਰਸੇਜ਼ ਹੈਗੀਆਂ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਤੁਸੀਂ ਇੱਥੇ ਸਾਡੀਆਂ ਸਟੇਟਸ ਦੇ ਵਿੱਚ ਆਓ ਸਾਡੀ ਵੀ ਮਦਦ ਕਰੋ ਤੇ ਅਸੀਂ ਤੁਹਾਡੀ ਮਦਦ ਕਰਾਂਗੇ ਤੇ ਇਸ ਤਰੀਕੇ ਨਾਲ ਨੈਸ਼ਨਲ ਸਿਕਿਉਰਿਟੀ ਲਈ ਬਹੁਤ ਵੱਡੀ ਥ੍ਰੈਟ ਹੈ ਕਿਉਂਕਿ ਜਿਹੜੇ ਗੈਂਗਸਟਰਸ ਆਜ ਜਿਹੜੇ ਗੈਂਗਸਟਰਸ ਆਜ ਇੱਕ ਦੂਜੇ ਦੇ ਭਾਈਚਾਰੇ ਵਾਸਤੇ ਲੜ ਰਹੇ ਆ ਜੋ ਦਾਵਾ ਕਰਦੇ ਆ ਕਿ ਅਸੀਂ ਆਪਦੇ ਭਾਈਚਾਰੇ ਵਾਸਤੇ ਲੜ ਰਹੇ ਆ ਅਸੀਂ ਆਪਦੇ ਭਰਾ ਦਾ ਬਦਲਾ ਲਿਆ ਜਾਂ ਅਸੀਂ ਇਸ ਗੱਲ ਦਾ ਬਦਲਾ ਲਿਆ ਜਾਂ ਉਸ ਗੱਲ ਦਾ ਬਦਲਾ ਲਿਆ ਅੱਜ ਉਹ ਸਿਰਫ ਇਨਾ ਗੱਲਾਂ ਤੱਕ ਸੀਮਤ ਨੇ ਪਰ ਬਹੁਤ ਛੇਤੀ ਇਹ ਲੋਗ ਟੈਰਰਿਸਟ ਆਰਗੇਨਾਈਜੇਸ਼ਨਸ ਦੇ ਹੱਥੇ ਕਦੋਂ ਚੜ ਜਾਣਗੇ ਕਿਵੇਂ ਉਹਨਾਂ ਦੀ ਸਹਾਇਤਾ ਕਰਨ ਲੱਗ ਪੈਣਗੇ ਤੇ ਕਿਵੇਂ ਦੇਸ਼ ਦੇ ਵਿਰੁੱਧ ਪੂਰੀ ਸੋਸਾਇਟੀ ਦੇ ਵਿਰੁੱਧ ਖੜੇ ਹੋ ਜਾਣਗੇ ਸਾਨੂੰ ਪਤਾ ਵੀ ਨਹੀਂ ਲੱਗਣਾ ਔਰ ਇਹ ਇੰਨਾ ਕੁ ਟਾਈਮ ਲੱਗਦਾ ਕਿ ਲੋਕ ਸਾਰੇ ਖਿਲਾਫ ਹੋ ਜਾਣਗੇ ਇਹੀ ਜਿਹੜੇ ਗੈਂਗਸਟਰਸ ਹੈਗੇ ਆ ਇਹ ਪੂਰੇ ਦੇਸ਼ ਦੇ ਖਿਲਾਫ ਲੜਨਗੇ ਸਰ ਇਹ ਬੰਬੀਹਾ ਗਰੁੱਪ ਦੀ ਤੁਸੀਂ ਗੱਲ ਕੀਤੀ ਇਸ ਤੇ ਦਵਿੰਦਰ ਦਾ ਇਨਕਾਊਂਟਰ ਹੋਇਆ ਸੀਗਾ ਤੇ ਉਹਨਾਂ ਦੇ ਮਰਨ ਤੋਂ ਬਾਅਦ ਵੀ ਇਹ ਗਰੁੱਪ ਫੁੱਲਫਿਲਿਸਟ ਚੱਲ ਰਿਹਾ ਤੇ ਕਿਹਾ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਚ ਜਿਨ੍ਹਾਂ ਗਰੁੱਪ ਦਾ ਜਿਹੜੇ ਵੀ ਗੈਂਗਸਟਰਸ ਦਾ ਹੱਥ ਸੀ ਉਹਨਾਂ ਤੋਂ ਬਦਲਾ ਲੈਣ ਦਾ ਜਿਹੜੀ ਅਨਾਉਂਸਮੈਂਟ ਹੈ ਬਹੁਤ ਪਹਿਲਾਂ ਹੋ ਚੁੱਕੀ ਹੈ ਫਿਰ ਸੋਸ਼ਲ ਮੀਡੀਆ ਹੈਂਡਲ ਰਾਹੀਂ ਤੇ ਇਹ ਜਿਹੜਾ ਗੈਂਗਸਟਰਵਾਦ ਦੇ ਵਿੱਚ ਭਾਈਚਾਰਾ ਹੈ ਜਾਂ ਬਦਲਾਖੋਰੀ ਦੀ ਗੇਮ ਹੈ ਇਹ ਕਿਵੇਂ ਪ੍ਰੋਸੈਸ ਕਰ ਰਹੀ ਹੈ ਪੰਜਾਬ 'ਚ ਦੇਖੋ ਕੁਝ ਬਦਲਾਖੋਰੀ ਦੀ ਗੱਲ ਨਹੀਂ ਹੁੰਦੀ ਕੋਈ ਭਾਈਚਾਰੇ ਦੀ ਗੱਲ ਨਹੀਂ ਹੁੰਦੀ ਇਹਨਾਂ ਨੂੰ ਬਹਾਨਾ ਚਾਹੀਦਾ ਹੁੰਦਾ ਹੈ ਔਰ ਉਹ ਬਹਾਨਾ ਚਾਹੀਦਾ ਹੁੰਦਾ ਵਾਇਲੈਂਸ ਦੇ ਲਈ ਕਿ ਸਾਨੂੰ ਆਪਣੇ ਆਪ ਨੂੰ ਆਪਣਾ ਨਾਮ ਚਮਕਾਉਣ ਲਈ ਸਾਨੂੰ ਮੌਕਾ ਮਿਲੇ ਪ੍ਰਭਾਵਜਾ ਪਾ ਕੇ ਪ੍ਰਭਾਵਜਾ ਪਾ ਕੇ ਰੱਖਣ ਦੀ ਗੱਲ ਹੁੰਦੀ ਹੈ ਹੋਰ ਕੁਝ ਨਹੀਂ ਹੈ ਔਰ ਇਹਨਾਂ ਨੂੰ ਕਿਸੇ ਨੂੰ ਕੋਈ ਮਤਲਬ ਨਹੀਂ ਹੈ ਕਿਸੇ ਵੀ ਗੈਂਗਸਟਰ ਨੂੰ ਕਿਸੇ ਭਾਈਚਾਰੇ ਨਾਲ ਕਿਸੇ ਦੇ ਬਦਲੇ ਨਾਲ ਕਿਸੇ ਹੋਰ ਦੀ ਜ਼ਿੰਦਗੀ ਨਾਲ ਕੋਈ ਮਤਲਬ ਨਹੀਂ ਹੈ ਉਹਨਾਂ ਨੂੰ ਮਤਲਬ ਹੈ ਕਿ ਸਾਡਾ ਅੰਡਰਵਰਲਡ ਦੇ ਵਿੱਚ ਸਾਡਾ ਨਾਮ ਚਮਕੇ ਵੀ ਸਾਡੇ ਤੋਂ ਲੋਕ ਡਰਨ ਤੇ ਸਾਡੇ ਨਾਮ ਨੂੰ ਹੁਣ ਲੋਰੈਂਸ ਬਿਸ਼ਨੋਈ ਕਿੰਨੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੈਠਾ ਤੇ ਹਾਰ ਜੇਲ੍ਹ ਦੇ ਵਿੱਚ ਤੇ ਉਹਨੇ ਤਾਂ ਕੋਈ ਅਪਰਾਧ ਨਹੀਂ ਕੀਤਾ ਪਰ ਹਰ ਅਪਰਾਧ ਦਾ ਜਮਾ ਉਹਦੇ ਸਰ ਕਿਉਂ ਨਾ ਹੁੰਦਾ ਕਿਉਂਕਿ ਉਹਦਾ ਨਾਮ ਵੱਡਾ ਕਰਨਾ ਹੈ ਜੀ ਉਹਦੇ ਨਾਮ ਤੇ ਫਿਰ ਅੱਗੇ ਬਿਜ਼ਨਸ ਚੱਲਦੇ ਆ ਅੱਗੇ ਜਿਹੜੇ ਐਕਸਟਰੈਕਸ਼ਨ ਚੱਲਦੇ ਆ ਲੁੱਟਾਂ ਖੋਹਾਂ ਹੁੰਦੀਆਂ ਬੱਚਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਹੈ ਜਿਹੜੀ ਵਸੂਲੀ ਕੀਤੀ ਜਾਂਦੀ ਹੈ ਵੈਸੇ ਹੀ ਇਲੀਗਲ ਮਨੀ ਦੀ ਤੇ ਉਹ ਸਾਰੀ ਉਹਨਾਂ ਉਹਨਾਂ ਨਾਮਾਂ ਦੇ ਥਰੂ ਕੀਤੀ ਜਾਂਦੀ ਹੈ ਡਰ ਬਣਾ ਕੇ ਰੱਖਣ ਲਈ ਡਰ ਬਣਾ ਕੇ ਰੱਖਣ ਲਈ ਇਹ ਸਭ ਕੁਝ ਕੀਤਾ ਜਾ ਰਿਹਾ ਹੈ ਹੋਰ ਕੁਝ ਨਹੀਂ ਹੈ ਤਾਂ ਇਹ ਸਭ ਕਹਿਣ ਦੀਆਂ ਗੱਲਾਂ ਹੈ ਨਾ ਕਿਸੇ ਨੇ ਸਿੱਧੂ ਮੂਸੇ ਵਾਲੇ ਦੇ ਕਤਲ ਦਾ ਬਦਲਾ ਲੈਣਾ ਨਾ ਵਿੱਕੀ ਮਿੱਡੂ ਖੇੜਾ ਦੇ ਕਤਲ ਦਾ ਬਦਲਾ ਲਿਆ ਕਿਸੇ ਨੇ ਉਹ ਸਿਰਫ ਆਪਣੀ ਅੜ ਹੈ ਆਪਣੀ ਅੜੀ ਹੈ ਉਹਦੇ ਲਈ ਉਹ ਸਭ ਕੁਝ ਕਰ ਰਹੇ ਆ ਤੇ ਆਪਣਾ ਨਾਮ ਚਮਕਾਉਣ ਲਈ ਕਿ ਸਾਡਾ ਨਾਮ ਗਰਾ임 ਦੇ ਦੁਨੀਆ ਦੇ ਵਿੱਚ ਅਪਰਾਧ ਦੀ ਦੁਨੀਆ ਦੇ ਵਿੱਚ ਵਧੇ ਤੇ ਸਾਡੇ ਤੋਂ ਲੋਕ ਡਰਨ ਤਾਂ ਕਿ ਉਸੇ ਡਰ ਦੇ ਨਾਲ ਅਸੀਂ ਅੱਗੇ ਬਿਜ਼ਨਸ ਕਰੀਏ ਉਸੇ ਡਰ ਦੇ ਨਾਲ ਅਸੀਂ ਐਕਸਟਰੈਕਸ਼ਨਸ ਕਰੀਏ ਜੀ ਤੇ ਸਿਰਫ ਉਸੇ ਲਈ ਹੋ ਰਿਹਾ ਹੋਰ ਇਹਦੇ ਤੋਂ ਵੱਧ ਕੁਝ ਨਹੀਂ ਹੈ ਕੋਈ ਭਾਈਚਾਰਾ ਨਹੀਂ ਕੋਈ ਹੋਰ ਕਾਰਨ ਨਹੀਂ ਹੈ ਸਰ ਰਾਜੇਸ਼ ਬਵਾਣਾ ਤੇ ਲਾਰੈਂਸ ਬਿਸ਼ਨੋਈ ਦੇ ਗੈਂਗ ਦੀ ਮਿਲਣ ਦੀ ਵੀ ਖਬਰਾਂ ਆ ਰਹੀਆਂ ਤੇ ਕਿਹਾ ਜਾ ਰਿਹਾ ਹੈ ਕਿ ਦਿੱਲੀ 'ਚ ਕੋਈ ਵੱਡੀ ਵਾਰਦਾਤ ਹੋ ਸਕਦੀ ਹੈ ਦੇਖੋ ਵਿਡੰਬਣਾ ਕਿੱਡੀ ਵੱਡੀ ਹੈ ਕਿ ਜਿੰਨਾ ਦੋ ਗੈਂਗਸਟਰਸ ਦੇ ਤੁਸੀਂ ਨਾਮ ਲਏ ਆ ਦੋਵੇਂ ਤਿਹਾੜ ਜੇਲ੍ਹ ਦੇ ਵਿੱਚ ਬੰਦ ਹੈ ਤੇ ਰਾਜੇਸ਼ ਬਵਾਨਾ ਜੋ ਕਿ ਦਿੱਲੀ ਦਾ ਇੱਕ ਕੁਖਿਆਤ ਗੈਂਗਸਟਰ ਮੰਨਿਆ ਗਿਆ ਤੇ ਲੰਬੇ ਸਮੇਂ ਤੋਂ ਦਿੱਲੀ ਦੀ ਜੇਲ੍ਹ ਦੇ ਵਿੱਚ ਉੱਥੋਂ ਮੰਨਿਆ ਜਾਂਦਾ ਕਿ ਉਹ ਆਪਦੀ ਗੈਂਗ ਨੂੰ ਆਪਰੇਟ ਕਰਦਾ ਹੈ ਤੇ ਗੈਂਗ ਵਾਰਸ ਹੁੰਦੀਆਂ ਜਾ ਰਹੀਆਂ ਤੇ ਜਿਹੜੀ ਗੈਂਗ ਦੇ ਖਿਲਾਫ ਉਹ ਚੱਲ ਰਿਹਾ ਉਹ ਵੀ ਬਵਾਨਾ ਪਿੰਡ ਦਾ ਹੀ ਆ ਉਸੇ ਪਿੰਡ ਦਾ ਹੀ ਤੇ ਉਹਦੀ ਗੈਂਗ ਅਲੱਗ ਹੈ ਉਹ ਦੋਨਾਂ ਦੀ ਗੈਂਗ ਅਲੱਗ ਹੁੰਦੀ ਹੈ ਤੇ ਉਹ ਦੋਵੇਂ ਜੇਲ੍ਹ ਦੇ ਵਿੱਚ ਇੱਕੋ ਜੇਲ੍ਹ ਦੇ ਵਿੱਚ ਤਿਹਾੜ ਜੇਲ੍ਹ ਦੇ ਵਿੱਚ ਤੇ ਉੱਥੇ ਉਹਨਾਂ ਦੇ ਗੈਂਗਵਾਰਸ ਚੱਲ ਰਹੀਆਂ ਹਨ ਉਹਨਾਂ ਦੇ ਕੋਲ ਸ਼ੂਟਰਸ ਹੈ ਆਪਣੇ ਸ਼ੂਟਰਸ ਆਪੇ ਮਰੀ ਜਾ ਰਹੇ ਆ ਇੱਕ ਦੂਜੇ ਨੂੰ ਮਾਰ ਰਹੇ ਆ ਪੁਲਿਸ ਇਨਕਾਊਂਟਰਸ ਦੇ ਵਿੱਚ ਲੋਕ ਮਰ ਰਹੇ ਆ ਤੇ ਉਹੀ ਤੀਜਾ ਗੈਂਗਸਟਰ ਹੈ ਜਿਹੜਾ ਪੰਜਾਬ ਦਾ ਮੰਨਿਆ ਜਾਂਦਾ ਹੈ ਲਾਰੈਂਸ ਬਿਸ਼ਨੋਈ ਰਾਜੇਸ਼ ਬਵਾਨਾ ਲਾਰੈਂਸ ਬਿਸ਼ਨੋਈ ਨਾਲ ਹੱਥ ਮਿਲਾ ਰਿਹਾ ਇਹ ਖਬਰ ਬਾਹਰ ਆਈ ਹੈ ਤੇ ਪਤਾ ਨਹੀਂ ਉਹਨਾਂ ਨੇ ਉਸ ਜੇਲ੍ਹ 'ਚ ਬੈਠ ਕੇ ਕਹਿੋ ਜੇ ਉਹਨਾਂ ਨੇ ਐਮਓਯੂ ਸਾਈਨ ਕੀਤੇ ਆ ਕਿਹੜੇ ਜੁਆਇੰਟ ਵੈਂਚਰ ਕੀਤੇ ਆ ਜਿਹੜਾ ਖਬਰਾਂ ਆ ਰਹੀਆਂ ਕਿ ਜੁਆਇੰਟ ਆਪਰੇਸ਼ਨ ਹੋਣਗੇ ਨੀਰਜ ਬਵਾਨਾ ਦੀ ਗੈਂਗ ਦੇ ਖਿਲਾਫ ਤੇ ਉਸ ਗੈਂਗ ਦੇ ਖਿਲਾਫ ਹੁਣ ਇਹ ਦੋ ਗੈਂਗਸ ਵੱਡੀਆਂ ਗੈਂਗਸ ਉਹ ਰਲ ਕੇ ਲੜਨਗੀਆਂ ਤੇ ਜੇ ਇਹ ਸਭ ਕੁਝ ਹੁੰਦਾ ਤਾਂ ਪਹਿਲੀ ਗੱਲ ਪਹਿਲਾ ਸਵਾਲ ਹੁੰਦਾ ਤਿਹਾਰ ਜੇਲ ਦੇ ਜਿਹੜੇ ਆਪਰੇਸ਼ਨਸ ਦੇ ਇੰਚਾਰਜ ਹੈ ਤਿਹਾਰ ਜੇਲ ਦੇ ਜਿਹੜੇ ਵੀ ਸਿਕਿਉਰਿਟੀ ਦੇ ਇੰਚਾਰਜ ਹੈ ਉਹਨਾਂ ਦੀ ਨੱਕ ਹੀਠਾਂ ਹੈ ਸਭ ਕੁਝ ਕਿਵੇਂ ਹੋ ਰਿਹਾ ਵੀ ਜੇਲ ਨੂੰ ਤਾਂ ਅਸੀਂ ਫਿਰ ਗੈਂਗਸਟਰਸ ਦਾ ਪੂਰਾ ਅੱਡਾ ਬਣਾਤਾ ਨਾ ਉਹ ਸੁਧਾਰ ਘਰ ਹੋਣਾ ਚਾਹੀਦਾ ਸੀ ਪਲੀਜ਼ સુધારਕਰ હોਣ ਦੀ بجائے ਉਹਨਾਂ ਦੇ ਸੇਫ ਹਾਊਸ ਹੋ ਗਏ ਉਹ ਉੱਥੇ ਬੈਠ ਕੇ ਉਹ ਆਪਣੇ ਗੁਰਗਿਆਂ ਦੇ ਬਾਰੇ ਚਰਚਾ ਕਰਦੇ ਆ ਗੱਲਬਾਤ ਕਰਦੇ ਆ ਡੀਲ ਕਰਦੇ ਆ ਕਿ ਹੁਣ ਤੁਸੀਂ ਸਾਡੇ ਨਾਲ ਰਲ ਜੋ ਹੁਣ ਆਪਾਂ ਉਹਦੇ ਖਿਲਾਫ ਹੋ ਜਾਾਂਗੇ ਉਹ ਸਾਰੀਆਂ ਚੀਜ਼ਾਂ ਉੱਥੇ ਚੱਲ ਰਹੀਆਂ ਦੂਜੀ ਗੱਲ ਵੱਡੀ ਹੁੰਦੀ ਹੈ ਕਿ ਜੇ ਇਹ ਸਭ ਕੁਝ ਹੋ ਰਿਹਾ ਹੈ ਜੇ ਸਰਕਾਰ ਜਾਂ ਪ੍ਰਸ਼ਾਸਨ ਉਹਦੇ ਦੇ ਕੰਟਰੋਲ ਨਹੀਂ ਕਰ ਸਕਦਾ ਪਰ ਜੋ ਬਾਹਰ ਹੋ ਰਿਹਾ ਉਹਦੇ ਤੇ ਕੰਟਰੋਲ ਕੀਤਾ ਜਾ ਸਕਦਾ ਜੇ ਇਸ ਦੇ ਅੰਦਰ ਚਲੋ ਤੁਸੀਂ ਕਹਿੰਦੇ ਹੋ ਕਿ ਜੀ ਅਪਰਾਧੀ ਆਪਸ ਜੋ ਮਰਜੀ ਗੱਲਾਂ ਕਰ ਰਹੇ ਆ ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ ਪਰ ਜੋ ਪਲੈਨਿੰਗ ਹੋ ਰਹੀ ਹੈ ਉਹਨੂੰ ਤੁਸੀਂ ਐਗਜ਼ੀਕਿਊਟ ਹੋਣ ਤੋਂ ਤਾਂ ਤੁਸੀਂ ਰੋਕ ਸਕਦੇ ਹੋ ਜਦੋਂ ਤੁਹਾਡੇ ਕੋਲ ਖਬਰਾਂ ਆਉਂਦੀਆਂ ਜਦੋਂ ਮੀਡੀਆ ਤੱਕ ਇਹ ਖਬਰਾਂ ਆ ਜਾਂਦੀਆਂ ਕਿ ਹੁਣ ਦੋ ਗੈਂਗਸਟਰਸ ਰਲ ਕੇ ਤੀਜੀ ਗੈਂਗ ਤੇ ਵਾਰ ਕਰਨਗੇ ਹੈ ਨਾ ਤੇ ਉਸ ਸਮੇਂ ਤੇ ਪੰਜਾਬ ਦੀ ਪੁਲਿਸ ਦਿੱਲੀ ਦੀ ਪੁਲਿਸ ਰਾਜਸਥਾਨ ਦੀ ਪੁਲਿਸ ਹਰਿਆਣਾ ਦੀ ਪੁਲਿਸ ਰਲ ਕੇ ਕਿਉਂ ਨਹੀਂ ਕਾਰਵਾਈ ਕਰਦੀ ਉਦੋਂ ਰਲ ਕੇ ਸਾਰੇ ਆਪਰੇਸ਼ਨ ਜਿੱਥੇ ਜਿੱਥੇ ਹੋ ਰਿਹਾ ਇਹਨਾਂ ਦੇ ਜਿਹੜੇ ਜਿਹੜੇ ਗੈਂਗਸਟਰ ਜਿੱਥੇ ਜਿੱਥੇ ਕੰਮ ਕਰ ਰਹੇ ਆ ਜੋ ਜੋ ਕਾਰਵਾਈ ਕਰ ਰਹੇ ਆ ਜੋ ਅੰਜਾਮ ਦੇਣਾ ਚਾਹ ਰਹੇ ਆ ਜਿਹੜੀ ਵਾਰਦਾਤ ਨੂੰ ਉਹਨੂੰ ਹੋਣ ਤੋਂ ਪਹਿਲਾਂ ਕਿਉਂ ਨਹੀਂ ਰੋਕਿਆ ਜਾਂਦਾ ਤੇ ਜਿਹੜੇ ਨਵੇਂ ਮੁੰਡਿਆਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਇਹ ਵੱਡੇ ਸਵਾਲ ਆ ਜਿਹੜੇ ਸਾਡੀ ਸੋਸਾਇਟੀ ਦੇ ਉੱਠ ਰਹੇ ਆ ਸਾਡੇ ਪ੍ਰਸ਼ਾਸਨ ਸਾਡੇ ਪੁਲਿਸ ਸਾਡੀਆਂ ਸਰਕਾਰਾਂ ਦੇ ਖਿਲਾਫ ਤੇ ਇਹ ਉੱਠਣੇ ਵੀ ਚਾਹੀਦੇ ਆ ਕਿਉਂਕਿ ਇਹ ਸਮਾਂ ਹੀ ਆ ਜਿਹੜਾ ਰੋਕਿਆ ਜਾ ਸਕਦਾ ਇਸ ਸਮੇਂ ਤੇ ਸਮਾਂ ਹੀ ਡਿਸਾਈਡ ਕਰੂਗਾ ਇਹੀ ਸਮਾਂ ਡਿਸਾਈਡ ਕਰੂਗਾ ਕਿ ਜਾਂ ਤਾਂ ਇਹ ਚੀਜ਼ ਬਹੁਤ ਜ਼ਿਆਦਾ ਵਧੂਗੀ ਜਾਂ ਖਤਮ ਹੋ ਜਾਊਗੀ ਤੇ ਹੁਣ ਜੋ ਅਸੀਂ ਦੇਖ ਰਹੇ ਆ ਉਹ ਵਧਣ ਦੇ ਚਾਂਸਸ ਵੱਧ ਆ ਕਿਉਂਕਿ ਇਹਦੇ ਤੇ ਕਿਸੇ ਦਾ ਕੰਟਰੋਲ ਹੀ ਨਹੀਂ ਹੋ ਪਾਰਿਆ ਜੀ ਕਿਉਂਕਿ ਸਰਕਾਰਾਂ ਦੇਖਦੀਆਂ ਤਾਂ ਸਰਕਾਰਾਂ ਵੀ ਲਾਚਾਰ ਹੀ ਸਾਬਤ ਹੁੰਦੀਆਂ ਕਿ ਸਾਨੂੰ ਪਤਾ ਹੀ ਨਹੀਂ ਹੈ ਪੁਲਿਸ ਪ੍ਰਸ਼ਾਸਨ ਵੀ ਇਹ ਹੱਥ ਖੜੇ ਕਰ ਦਿੰਦਾ ਹੈ ਕਿ ਸਾਨੂੰ ਬਾਅਦ ਚ ਪਤਾ ਲੱਗਦਾ ਜਦੋਂ ਇਹ ਬਾਅਦ ਚ ਪਤਾ ਵਾਰਦਾਤ ਦੇ ਬਾਅਦ ਪਤਾ ਲੱਗਣ ਵਾਲੀ ਗੱਲ ਹੈ ਜਿਹੜੀ ਉਹ ਬੜੀ ਅਜੀਬ ਹੈ ਕਿਉਂਕਿ ਇੰਟੈਲੀਜੈਂਸ ਏਜੰਸੀਜ਼ ਆ ਐਨੇ ਲੋਕ ਨੇ ਐਨਾ ਹਮਲਾ ਸਾਡਾ ਔਰ ਅਸੀਂ ਲੀਗਲ ਤਰੀਕੇ ਨਾਲ ਕੰਮ ਕਰਦੇ ਆ ਜੀ ਜਿਹੜੇ ਇਲੀਗਲ ਤਰੀਕੇ ਨਾਲ ਕੰਮ ਕਰ ਰਹੇ ਉਹਨਾਂ ਲਈ ਸੌਖਾ ਹੈ ਜਿਹੜੇ ਲੀਗਲ ਤਰੀਕੇ ਨਾਲ ਕੰਮ ਕਰ ਰਹੇ ਉਹਨਾਂ ਲਈ ਔਖਾ ਹੂੰ ਤੇ ਇਹ ਕਿਉਂ ਹੋ ਰਿਹਾ ਇਹ ਸਾਰਾ ਜਾਂ ਤਾਂ ਸਾਨੂੰ ਸਿਸਟਮ ਨੂੰ ਵੀ ਸਿਸਟਮ ਦੇ ਵਿੱਚ ਵੀ ਚੇਂਜਸ ਲਿਆਉਣੇ ਪੈਣਗੇ ਪੁਲਿਸ ਪ੍ਰਸ਼ਾਸਨ ਦੇ ਕੰਮ ਕਰਨ ਦਾ ਤਰੀਕਾ ਵੀ ਬਦਲਣਾ ਪਊਗਾ ਜਾਂ ਤਾਂ ਵੀ ਜਿਹੜੇ ਗੈਂਗਸਟਰਸ ਆ ਉਹ ਜ਼ਿਆਦਾ ਐਫੀਸ਼ੀਐਂਟ ਆ ਉਹ ਆਪਦੀ ਕਿਸੇ ਵੀ ਵਾਰਦਾਤ ਨੂੰ ਬਹੁਤ ਛੇਤੀ ਬਹੁਤ ਤਰੀਕੇ ਨਾਲ ਬਹੁਤ ਤਰੀਕੇ ਨਾਲ ਅੰਜਾਮ ਦੇ ਸਕਦੇ ਆ ਤੇ ਕਿਸੇ ਵੀ ਆਪਰੇਸ਼ਨ ਨੂੰ ਪੁਲਿਸ ਆ ਜਿਹੜੀ ਉਹ ਬਹੁਤ ਤਰੀਕੇ ਨਾਲ ਅੰਜਾਮ ਨਹੀਂ ਦੇ ਪਾਰੀ ਤਾਂ ਮਤਲਬ ਕਿਤੇ ਕਮੀ ਐ ਜੀ ਤਾਂ ਸਿਸਟਮ ਦੇ ਵਿੱਚ ਕੋਈ ਨਾ ਕੋਈ ਚੇਂਜਸ ਜਿਹੜੇ ਵੀ ਰਿਕੁਆਇਰਡ ਹੈਗੇ ਆ ਉਹ ਐਕਸਪਰਟਸ ਦੇ ਨਾਲ ਗੱਲ ਕਰਕੇ ਤੇ ਉਹਨੂੰ ਰੈਕਗਨਾਈਜ਼ ਕਰਕੇ ਜਲਦ ਤੋਂ ਜਲਦ ਉਹਨੂੰ ਖਤਮ ਕਰਨਾ ਚਾਹੀਦਾ ਤੇ ਚੇਂਜ ਕਰਨੇ ਚਾਹੀਦੇ ਬਦਲਾਵ ਲੈਣਾ ਚਾਹੀਦਾ ਇਸ ਤੋਂ ਇਲਾਵਾ ਸਰ ਦੇਖ ਲੈਂਦੇ ਆ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਨੈਕਸਟ ਸੈਗਮੈਂਟ ਦੇ ਵਿੱਚ ਜੀ ਕੈਪਟਨ ਵੱਲੋਂ ਡਾਕਟਰ ਮਨਮੋਹਨ ਸਿੰਘ ਦੇ ਜਨਮ ਦਿਨ ਮੌਕੇ ਚੰਗੀ ਸਿਹਤ ਤੇ ਲੰਬੀ ਉਮਰ ਲਈ ਅਰਦਾਸ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ ਅੱਜ ਜਨਮ ਦਿਨ ਹੈ ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਹਨਾਂ ਨੂੰ ਸ਼ੁਭਕਾਮਨਾ ਦਿੱਤੀਆਂ ਹਨ ਉਹਨਾਂ ਨੇ ਇਸ ਸੰਬੰਧੀ ਟਵੀਟ ਕੀਤਾ ਹੈ ਤੇ ਲਿਖਿਆ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੱਸਤੇ ਯੇ ਕਿ ਕੈਪਟਨ ਅਮਰਿੰਦਰ ਸਿੰਘ ਕੁਝ ਦਿਨ ਪਹਿਲਾਂ ਹੀ ਭਾਜਪਾ ਵਿੱਚ ਸ਼ਾਮਲ ਹੋਏ ਸਨ। ਪੰਜਾਬ ਵਿੱਚ ਦੁੱਧ ਦੇ 676 ਵਿੱਚੋਂ 278 ਸੈਂਪਲ ਫੇਰ। ਹੁਣ ਮੋਬਾਈਲ ਫੂਡ ਸੇਫਟੀ ਵੈਨ ਤੈਨਾਤ ਅਗਸਤ 2022 ਦੌਰਾਨ ਵਿਭਾਗ ਵੱਲੋਂ ਕੁੱਲ 1016 ਸੈਂਪਲ ਭਰੇ ਗਏ ਸਨ ਜਿਨ੍ਹਾਂ ਵਿੱਚੋਂ ਦੁੱਧ ਦੇ ਕੁੱਲ 676 ਸੈਂਪਲ ਲਏ ਗਏ ਸਨ। ਇਹਨਾਂ 'ਚੋਂ 278 ਨਮੂਨੇ ਮਾੰਤਾ ਤੇ ਪੂਰੇ ਨਹੀਂ ਉਤਰੇ। ਇਸ ਲਈ ਫੂਡ ਸੇਫਟੀ ਵਿਭਾਗ ਵੱਲੋਂ ਪੰਜਾਬ ਪਰ ਵਿੱਚ ਖਾਣ-ਪੀਣ ਦੀਆਂ ਵਸਤਾਂ ਦੀ ਗੁਣਵੱਤਾ ਦੀ ਜਾਂਚ ਕਰਨ ਲਈ ਕੁੱਲ 7 ਮੋਬਾਈਲ ਫੂਡ ਸੇਫਟੀ ਵਿਨਤਨਾਤ ਕੀਤੀਆਂ ਗਈਆਂ ਹਨ ਜੇਲ੍ਹ ਵਿੱਚ ਬੰਦ ਨਵਜੋਤ ਸਿੰਘ ਸਿੱਧੂ ਨੇ ਨਵਰਾਤਰੀਆਂ ਦੌਰਾਨ ਮौन ਧਾਰਿਆ ਨਵਜੋਤ ਸਿੰਘ ਸਿੱਧੂ 34 ਸਾਲ ਪੁਰਾਣੇ ਰੈੱਡ ਰੇਜ ਕੇਸ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਮਨਤ ਹਨ ਉਹਨਾਂ ਨੂੰ ਸੁਪਰੀਮ ਕੋਰਟ ਨੇ 1 ਸਾਲ ਦੀ ਸਜ਼ਾ ਸੁਣਾਈ ਹੈ ਨਵਜੋਤ ਸਿੰਘ ਸਿੱਧੂ ਨੇ ਨਵਰਾਤਰੀਆਂ ਦੌਰਾਨ ਮौन ਵਰਤ ਰੱਖਣ ਦਾ ਫੈਸਲਾ ਕੀਤਾ ਹੈ ਇਹ ਜਾਣਕਾਰੀ ਉਹਨਾਂ ਦੀ ਪਤਨੀ ਨਵਜੋਤਕੌਰ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਦਿੱਤੀ ਹੈ ਉਹਨਾਂ ਕਿਹਾ ਹੈ ਕਿ ਹੁਣ ਉਹ 5 ਅਕਤੂਬਰ ਤੋਂ ਬਾਅਦ ਹੀ ਸਾਰਿਆਂ ਨੂੰ ਮਿਲਣਗੇ ਸਿੱਧੂ ਮੁਸੀਹਾਲਾ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਗੋਲਦੀ ਬਰਾਨ ਨੇ ਕੈਨੇਡਾ ਛੱਡਿਆ ਸੂਤਰਾਂ ਦੀ ਮੰਨੀਏ ਤਾਂ ਗੋਲਦੀ ਬਰਾਨ ਨੇ ਸਾਰੀਆਂ ਏਜੰਸੀਆਂ ਦੇ ਰਡਾਰ ਤੇ ਆਉਣ ਅਤੇ ਵਿਰੋਧੀ ਗੈਂਗ ਤੋਂ ਆਪਣੀ ਜਾਨ ਨੂੰ ਖਤਰਾ ਦੇਖ ਕੇ ਆਪਣਾ ਟਿਕਾਣਾ ਬਦਲ ਲਿਆ ਹੈ ਸੁਰੱਖਿਆ ਏਜੰਸੀਆਂ ਦੇ ਹਵਾਲੇ ਨਾਲ ਇਹ ਵੱਡੀ ਜਾਣਕਾਰੀ ਮਿਲੀ ਹੈ ਕਿ ਗੋਲਦੀ ਬਰਾਨ ਤੇ ਕੈਨੇਡਾ 'ਚ ਜਾਨਲੇਵਾ ਹਮਲਾ ਹੋ ਸਕਦਾ ਹੈ ਇਸ ਲਈ ਉਸਨੇ ਆਪਣਾ ਟਿਕਾਣਾ ਬਦਲ ਲਿਆ ਹੈ 24 ਘੰਟਿਆਂ 'ਚ ਕਰੋਨਾ ਕਾਰਨ 20 ਮੌਤਾ 4129 ਨਵੇਂ ਮਾਮਲੇ ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਕਰੋਨਾ ਵਾਇਰਸ ਸੰਕਰਮਣ ਦੇ 4129 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿੱਚ ਪੀੜਤਾਂ ਦੀ ਕੁੱਲ ਗਿਣਤੀ 4 ਕਰੋੜ 45 ਲੱਖ 72243 ਹੋ ਗਈ ਹੈ ਜਦੋਂ ਕਿ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 43415 ਹੋ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਸੋਮਵਾਰ ਸਵੇਰੇ 8:00 ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਦੇਸ਼ ਵਿੱਚ ਇਨਫੈਕਸ਼ਨ ਕਾਰਨ ਵੀ ਹੋਰ ਲੋਕਾਂ ਦੀ ਮੌਤ ਹੋਣ ਤੋਂ ਬਾਅਦ ਮਰਹਲਵਾਰਿਆਂ ਦੀ ਗਿਣਤੀ ਵਧ ਕੇ 528530 ਹੋ ਗਈ ਹੈ ਸਵੇ ਸੰਸਰ ਅੱਜ ਦੀਆਂ ਮੁੱਖ ਖਬਰਾਂ ਅੱਜ ਦੀ ਸਰਕਾਰੀ ਖਬਰ ਕੀ ਕਹਿੰਦੀ ਹੈ ਪੜ੍ਹਦੇ ਹਾਂ ਜੀ ਵਿਧਾਨ ਸਭਾ ਦੇ 27 ਸਤੰਬਰ ਨੂੰ ਹੋਣ ਵਾਲੇ اجلاس ਵਿੱਚ ਪੰਜਾਬ ਨਾਲ ਸੰਬੰਧਿਤ ਵੱਖ-ਵੱਖ ਮੁੱਦੇ ਵਿਚਾਰੇ ਜਾਣਗੇ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਸੂਬੇ ਨਾਲ ਸੰਬੰਧਿਤ ਵੱਖ-ਵੱਖ ਮਸਲਿਆਂ ਉੱਤੇ ਵਿਚਾਰ ਚਰਚਾ ਕਰਨ ਲਈ 27 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸੱਦਣ ਦਾ ਫੈਸਲਾ ਕੀਤਾ ਹੈ ਇੱਥੇ جاری ਇੱਕ ਬਿਆਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਵਿਧਾਨ ਸਭਾ ਦੇ ਵਿਸ਼ੇਸ਼ اجلاس ਦੀ ਪਹਿਲਾ ਮਨਜ਼ੂਰੀ ਦੇ ਕੇ ਬਾਅਦ ਵਿੱਚ ਰੱਦ ਕਰਨ ਦੇ ਰਾਜਪਾਲ ਦੇ ਆਪ ਹੁਰਦੇ ਅਤੇ ਜਮਹੂਰੀਅਤ ਵਿਰੋਧੀ ਫੈਸਲੇ ਖਿਲਾਫ ਸੂਬਾ ਸਰਕਾਰ ਸੁਪਰੀਮ ਕੋਰਟ ਕੋਲ ਪਹੁੰਚ ਕਰੇਗੀ। ਉਨ੍ਹਾਂ ਕਿਹਾ ਕਿ ਇਹ ਮੰਦ ਭਾਗਾ ਫੈਸਲਾ ਹੈ ਅਤੇ ਉਹ ਇਸ ਤਰਖੀਨ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣਗੇ। ਉਨ੍ਹਾਂ ਕਿਹਾ ਕਿ ਲੋਕਾਂ ਦੇ ਜਮਹੂਰੀ ਹੱਕਾਂ ਅਤੇ ਸੂਬਿਆਂ ਦੇ ਸੰਘੀ ਅਧਿਕਾਰਾਂ ਦੀ ਰਾਖੀ ਲਈ ਇਸ ਫਾਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਜਾਵੇਗੀ। ਭਾਜਪਾ ਦੇ ਆਪਰੇਸ਼ਨ ਲੋਟਸ ਦੀ ਹਮਾਇਤ ਕਰਨ ਲਈ ਪੰਜਾਬ ਕਾਂਗਰਸ ਉੱਤੇ ਨਿਸ਼ਾਨਾ ਸਾਧਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਬਹੁਤ ਮੰਦ ਭਾਗਾ ਹੈ ਕਿ ਇਸ ਗੈਰ ਜਮਹੂਰੀ ਕਾਰੇ ਦੀ ਸਭ ਤੋਂ ਵੱਡੀ ਪੀੜਿਤ ਪਾਰਟੀ ਕਾਂਗਰਸ ਇਸ ਮਾਮਲੇ ਵਿੱਚ ਭਗਵਾ ਪਾਰਟੀ ਦੇ ਹੱਕ ਵਿੱਚ ਭੁਗਤ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਤੋੜਨ ਦੇ ਉਦੇਸ਼ ਵਾਲੇ ਇਸ ਭੜੇ ਕਾਰੇ ਲਈ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਨੇ ਸਾਂਝ ਭਿਆਲੀ ਪਾ ਲਈ ਹੈ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਤੇ ਭਾਜਪਾ ਨੇ ਖੇਤਰੀ ਪਾਰਟੀਆਂ ਨੂੰ ਹਾਸ਼ੀਏ ਉੱਤੇ ਧੱਕ ਦਿੱਤਾ ਹੈ ਅਤੇ ਹੁਣ ਉਹ ਚਾਹੁੰਦੇ ਹਨ ਕਿ ਸੱਤਾ ਸਿਰਫ ਇਹਨਾਂ ਦੋਵਾਂ ਪਾਰਟੀਆਂ ਕੋਲ ਹੀ ਬਣੀ ਰਹਿਣੀ ਚਾਹੀਦੀ ਹੈ। ਹੁਣ ਇਸ ਸਰਕਾਰੀ ਖਬਰ ਦੇ ਵਿੱਚ ਇੱਕ ਚਿੰਤਾ ਹੈ ਜੋ ਮੁੱਖ ਮੰਤਰੀ ਨੇ ਜ਼ਾਹਿਰ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਜੋ ਅਸੰਵਿਧਾਨਿਕ ਤਰੀਕੇ ਨਾਲ ਇਜਲਾਸ ਸਦਨ ਨੂੰ ਰੋਕਿਆ ਗਿਆ ਜੋ ਗਵਰਨਰ ਵੱਲੋਂ ਕੰਮ ਕੀਤਾ ਗਿਆ ਉਹਨਾਂ ਨੇ ਪਹਿਲਾ ਮਨਜ਼ੂਰੀ ਦੇ ਦਿੱਤੀ ਫਿਰ ਮਨਜ਼ੂਰੀ ਵਾਪਸ ਲੈ ਲਈ ਤੇ اجلاس ਨਹੀਂ ਮਨਉਣ ਦਿੱਤਾ ਉਹਨਾਂ ਨੇ ਵਿਧਾਨ ਸਭਾ ਦਾ ਤੇ ਉਹ ਨੂੰ ਕਿਵੇਂ ਉਹ ਖਤਰਾ ਹੈ ਲੋਕਤੰਤਰ ਲਈ ਕਿਵੇਂ ਬਾਕੀ ਪਾਰਟੀਆਂ ਜਿਹੜੀਆਂ ਉਹ ਉਹਨਾਂ ਦੇ ਖਿਲਾਫ ਖੜੀਆਂ ਹੁਣ ਇੱਕ ਗੱਲ ਤਾਂ ਇਹ ਹੈ ਕਿ ਉਹ ਸਰਕਾਰ ਦੇ ਵਿੱਚ ਨੇ ਤੇ ਵਿਰੋਧੀ ਧਿਰਾਂ ਜਿਹੜੀਆਂ ਵੀ ਕੁਝ ਵੀ ਕਹਿੰਦੀਆਂ ਨੇ ਤਾਂ ਉਹਨਾਂ ਨੂੰ ਉਹ ਗਲਤ ਲੱਗੂਗਾ ਦੂਜੀ ਗੱਲ ਕਿ ਵਿਰੋਧੀ ਧਿਰਾਂ ਜੇ ਇਕੱਠੀਆਂ ਹੁੰਦੀਆਂ ਜੇ ਵਿਰੋਧੀ ਧਿਰਾਂ ਇਕੱਠੀਆਂ ਹੋ ਕੇ ਪੰਜਾਬ ਦੇ ਲੋਕਾਂ ਦੀ ਬੋਲਦੀਆਂ ਫਿਰ ਤਾਂ ਉਹ ਬਹੁਤ ਵਧੀਆ ਹੈ ਕਿਉਂਕਿ ਲੋਕਾਂ ਦੇ ਹੱਕ ਚ ਭੁਗਤਣਾ ਉਹਨਾਂ ਨੇ ਜੇ ਸਰਕਾਰ ਦੇ ਖਿਲਾਫ ਬੋਲਦੀਆਂ ਤੇ ਲੋਕਾਂ ਦੇ ਵੀ ਖਿਲਾਫ ਬੋਲਦੀਆਂ ਉਹ ਕੰਮ ਰੋਕਦੀਆਂ ਜਿਹੜੀਆਂ ਜਿਹੜੇ ਕੰਮ ਲੋਕਾਂ ਦੇ ਹੱਕ ਵਿੱਚ ਹੋਣੇ ਸੀ ਜਿਹੜੇ ਲੋਕਾਂ ਦੇ ਹੱਕ ਚ ਭੁਗਤਣੇ ਸੀ ਇਹੋ ਜਿਹੇ ਕੰਮਾਂ ਨੂੰ ਜੇ ਰੋਕਿਆ ਜਾਂਦਾ ਤਾਂ ਬਹੁਤ ਮੰਦ ਭਾਗ ਹੈ ਤੇ ਜਿੱਥੇ ਲੋਕਤੰਤਰ ਦੀ ਗੱਲ ਆਉਂਦੀ ਹੈ ਲੋਕਤੰਤਰ ਸ਼ਬਦਾਂ ਸਾਂਝਾ ਕਿਸੇ ਇੱਕ ਪਾਰਟੀ ਦਾ ਬੈਨ ਨਹੀਂ ਕਰਾਇਆ ਹੋਇਆ ਜੀ ਤੇ ਉਸ ਸਮੇਂ ਸਾਰੀਆਂ ਪਾਰਟੀਆਂ ਨੂੰ ਸਮਾਨਤਾ ਮਿਲਣੀ ਚਾਹੀਦੀ ਹੈ ਸਾਰਿਆਂ ਦੇ ਜਿਹੜੇ ਸੰਵਿਧਾਨਕ ਹੱਕ ਹੈ ਉਹ ਮਿਲਣੇ ਚਾਹੀਦੇ ਆ ਤੇ ਕਾਨੂੰਨ ਨੂੰ ਵੀ ਉਹਨਾਂ ਦੇ ਨਾਲ ਖੜਨਾ ਪੈਣਾ ਹੈ ਹਮ ਤੇ ਇਹ ਵੀ ਮਾਮਲਾ ਦੇਖਿਆ ਜਾਊਗਾ ਕਿ ਇਸ ਮਾਮਲੇ ਦੇ ਵਿੱਚ ਕੀ ਨਿਕਲਦਾ ਹੈ ਕੀ ਗਵਰਨਰ ਦੀ ਜੋ ਵੀ ਕਾਰਵਾਈ ਰਹੀ ਉਹ ਸਹੀ ਸੀ ਕਾਨੂੰਨੀ ਤੌਰ ਤੇ ਜਾਂ ਗਲਤ ਸੀ ਜੇ ਗਲਤ ਸੀ ਤਾਂ ਗਵਰਨਰ ਤੇ ਕੀ ਐਕਸ਼ਨ ਹੁੰਦਾ ਤੇ ਜੇ ਸਹੀ ਸੀ ਤਾਂ ਗਵਰਨਰ ਨੇ ਤਾਂ ਐਕਸ਼ਨ ਕਰ ਹੀ ਲਿਆ ਹਮ ਸੋ ਅੱਜ ਦੀ ਚਰਚਾ ਦਾ ਸਿੱਟਾ ਸਰ ਵਾਟ ਇਜ਼ ਦ ਕੰਕਲੂਜਨ ਆਫ ਦਿਸ ਐਪੀਸੋਡ ਟੂਡੇ ਖਬਰਾਂ ਵਿੱਚੋਂ ਖਬਰ ਸੁਣੀ ਖਬਰ ਦੇ ਵਿੱਚ ਜਵਾਨੀ ਜਵਾਨੀ ਜਿਹੜੇ ਰਾਹ ਤੁਰ ਪਈ ਇਹ ਰਾਹ ਨੇ ਫਾਨੀ ਪਹਿਲਾਂ ਇਹ ਗੁੰਮਰਾਹ ਕਰ ਦੇ ਫਿਰ ਮੰਗ ਦੇ ਕੁਰਬਾਨੀ ਕੀ ਦਾ ਫਾਇਦਾ ਹੁੰਦਾ ਹੈ ਕੀ ਦੀ ਹੁੰਦੀ ਹਾਨੀ ਕੀ ਦਾ ਫਾਇਦਾ ਹੁੰਦਾ ਹੈ ਕੀ ਦੀ ਹੁੰਦੀ ਹਾਨੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਸੋ ਜੀ ਗੁੰਮਰਾਹ ਹੋਣ ਤੋਂ ਬਚੋ ਖਬਰਾਂ ਵਿੱਚੋਂ ਖਬਰਾਂ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਦੇਖਦੇ ਰਹੋ ਪੰਜਾਬ ਟੁਡੇ ਤੇ ਆਪਣੇ ਸੁਝਾਅ ਸਾਨੂੰ ਜਰੂਰ ਦਿਓ ਜੀ ਕਮੈਂਟ ਸੈਕਸ਼ਨ ਦੇ ਵਿੱਚ ਸੱਚ ਗਾਲ